ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਸਾਰੇ ਯੂਟਿਊਬ ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ। ਅਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ। ਅਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਿਆ ਹੀ ਹੋਣਾ ਵਾ ਪਿੱਛੇ ਜੇ ਕਿ ਬੜੇ ਜਿਹੜੇ ਉਹਨਾਂ ਨੇ ਜਿਹੜੇ ਵੀਜ਼ੇ ਵਾ ਰਿਫਿਊਜ ਕੀਤੇ ਆ LFE ਵਾਲੇ ਪੇਪਰਾਂ ਦੇ, ਬਹੁਤ ਸਾਰੇ ਵੀਜ਼ੇ ਰਿਫਿਊਜ ਕੀਤੇ ਆ। ਉਸ ਤੋਂ ਬਾਅਦ ਬਹੁਤ ਵੀਰ ਭਰਾ ਡਰ ਚੁੱਕੇ ਸੀ, ਕਈ ਵੀਰ ਭਰਾ ਤਾਂ ਅਪੁਆਇੰਟਮੈਂਟਾਂ 'ਤੇ ਨਹੀਂ ਗਏ, ਕਈ ਚਲੋ ਗਏ ਜਿਨ੍ਹਾਂ ਦੀ ਰਿਫਿਊਜੀ ਲੱਗ ਗਈ ਆ। ਆਪਾਂ ਇਸੇ ਟੋਪਿਕ ਬਾਰੇ ਗੱਲਬਾਤ ਕਰਾਂਗੇ ਕਿ ਜਿਹੜੇ ਗਏ ਸੀ ਜਿਨ੍ਹਾਂ ਦੀ ਰਿਫਿਊਜੀ ਲੱਗ ਗਈ ਆ, ਉਹਨਾਂ ਦਾ ਹੁਣ ਹੱਲ ਕੀ ਆ। ਦੂਜੇ ਨੰਬਰ 'ਤੇ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਵੀਰ ਭਰਾ ਨਹੀਂ ਗਏ ਸੀ ਉਹ ਹੁਣ ਕੀ ਕਰ ਸਕਦੇ ਆ, ਜਿਨ੍ਹਾਂ ਨੂੰ ਮਤਲਬ ਕਿ ਅਪੁਆਇੰਟਮੈਂਟ ਹੈਗੀ ਸੀ ਅਤੇ ਪਰ ਗਏ ਨਹੀਂ ਸੀ, ਅਤੇ ਉਹ ਹੁਣ ਕੀ ਕਰ ਸਕਦੇ ਆ। ਅਤੇ ਤੀਜੇ ਨੰਬਰ 'ਤੇ ਆਪਾਂ ਗੱਲਬਾਤ ਇਸ ਵੀਡੀਓ 'ਚ ਕਰਾਂਗੇ ਕਿ ਜਿਨ੍ਹਾਂ ਦੀਆਂ ਅਪੁਆਇੰਟਮੈਂਟਾਂ ਹਾਲੇ ਆਉਣੀਆਂ ਵਾ ਉਹ ਕੀ ਕਰਨ, ਜਾਣ ਜਾਂ ਨਾ ਜਾਣ, ਠੀਕ ਹੈ। ਕਿਉਂਕਿ ਬੜੇ ਵੀਰਾਂ ਭਰਾ ਹਾਲੇ ਅਪੁਆਇੰਟਮੈਂਟਾਂ ਆਉਣੀਆਂ ਵਾ, ਹਾਲੇ ਚੱਲਣ ਦਿਆ ਵਾ, ਆਹ ਮਹੀਨਾ ਸਾਰਾ ਪਿਆ, ਅਗਲਾ ਮਹੀਨਾ ਸਾਰਾ ਪਿਆ, ਅਪੁਆਇੰਟਮੈਂਟਾਂ ਬੜੇ ਵੀਰਾਂ ਭਰਾਉਣ ਮਿਲੀਆਂ ਵਾ। ਵੀਰ ਭਰਾ ਡਰੇ ਪਏ ਆ ਜਿਨ੍ਹਾਂ ਦੇ ਪੇਪਰ ਹੈਗੇ ਆ LFE ਵਾਲੇ ਕਿ ਉਹ ਜਿਹੜੀ ਵਾ ਰਿਫਿਊਜੀ ਪਾਈ ਜਾਂਦੇ ਆ। ਇਸ ਟੋਪਿਕ ਬਾਰੇ ਹੀ ਗੱਲਬਾਤ ਕਰਦੇ ਹਾਂ ਆਪਾਂ ਇਸ ਵੀਡੀਓ ਵਿੱਚ, ਜ਼ਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਹਾਂ ਵੀਡੀਓ ਸਟਾਰਟ। ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ, ਅਤੇ ਨਾਲ ਹੀ ਬੈਲ ਆਈਕੋਨ ਨੂੰ ਵੀ ਆਲ 'ਤੇ ਸੈੱਟ ਕਰ ਲਵੋ, ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਅਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ, ਅਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਅਤੇ ਕੁਝ ਸਿਖਾ ਸਕੋ। ਦੂਜੇ ਨੰਬਰ 'ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ, ਸਾਨੂੰ ਜਾ ਕੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਲਵੋ, ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ। ਅਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ, ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ। ਪਰ ਕਈ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈਗੀ ਹੈ ਕਿ ਤੁਸੀਂ ਮੈਨੂੰ ਉੱਥੇ ਤਾਂ ਤੁਸੀਂ ਆਪਣੇ ਜਿਹੜੇ ਮੈਸੇਜ ਵਾ ਬੰਦ ਕੀਤੇ ਹੋਏ ਆ, ਉਹਦਾ ਮੈਂ ਹੱਲ ਇਹ ਕੱਢਿਆ ਕਿ ਜਿਹੜਾ ਵੀਰ ਭਰਾ ਮੈਨੂੰ ਮੈਸੇਜ ਨਹੀਂ ਕਰ ਸਕਦਾ ਉੱਥੇ, ਮਤਲਬ ਕਿ ਉਹਨਾਂ ਨੂੰ ਆਪਸ਼ਨ ਸ਼ੋਅ ਹੁੰਦੀ ਹੈ ਕਿ ਬੰਦ ਵਾ ਮੈਸੇਜ ਇਹਨਾਂ ਦੇ, ਤੁਸੀਂ ਮੈਨੂੰ ਕਮੈਂਟ ਕਰ ਦਿਓ, ਮੈਂ ਪੋਸਟਾਂ ਪਾਈਆਂ ਹਾਂ, ਤੁਸੀਂ ਮੈਨੂੰ ਪੋਸਟ ਥੱਲੇ ਕਮੈਂਟ ਕਰ ਦਿਓ, ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ। ਭਾਵੇਂ ਤੁਸੀਂ ਇਕੱਲਾ ਹੈਲੋ ਦਾ ਹੀ ਕਮੈਂਟ ਕਰ ਦਿਓ, ਮੈਂ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਵਿੱਚ, ਤਾਂ ਜੋ ਆਪਾਂ ਤੁਸੀਂ ਜਿਹੜਾ ਤੁਹਾਡਾ ਸਵਾਲ ਹੋ ਤੁਸੀਂ ਪੁੱਛ ਸਕੋ ਸਾਨੂੰ, ਠੀਕ ਹੈ। ਅਤੇ ਤੀਜੀ ਗੱਲ ਇੱਕ ਹੋਰ, ਜੇਕਰ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾ ਵਾ, ਆਪਾਂ ਇੱਕ ਗਰੁੱਪ ਬਣਾਇਆ ਵਾ ਵਟਸਐਪ ਗਰੁੱਪ ਵਾ, ਜੇਕਰ ਕਿਸੇ ਵੀ ਵੀਰ ਭਰਾ ਨੇ ਐਡ ਹੋਣਾ ਵਾ ਤੁਸੀਂ ਮੈਨੂੰ ਮੈਸੇਜ ਕਰੋ ਇੰਸਟਾਗ੍ਰਾਮ 'ਤੇ ਪਰਸਨਲੀ, ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਤਾਂ ਜੋ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ। ਉਸ ਗਰੁੱਪ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਪੇਪਰਾਂ ਬਾਰੇ, ਕੰਮ ਬਾਰੇ, ਅਪੁਆਇੰਟਮੈਂਟਾਂ ਬਾਰੇ, ਵੀਜ਼ਿਆਂ ਬਾਰੇ, ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਉਸ ਗਰੁੱਪ ਦੇ ਵਿੱਚ। ਜੇਕਰ ਤੁਸੀਂ ਕਿਸੇ ਵੀ ਗਰੁੱਪ 'ਚ ਮਤਲਬ ਕਿ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਮੈਸੇਜ ਕਰ ਲਓ ਪਰਸਨਲੀ ਇੰਸਟਾਗ੍ਰਾਮ ਦੇ ਉੱਤੇ, ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ। ਲਓ ਵੀ ਮਿੱਤਰੋ ਕਰਦੇ ਹਾਂ ਫਿਰ ਵੀਡੀਓ ਸਟਾਰਟ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ, ਤੁਹਾਨੂੰ ਦੱਸਿਆ ਕਿ ਰਿਫਿਊਜੀ ਪਾ ਰਹੇ ਆ ਜਿਨ੍ਹਾਂ ਦੇ LFE ਵਾਲੇ ਪੇਪਰ ਆ। ਰਿਫਿਊਜੀ ਪਾਉਣ ਦਾ ਕਾਰਨ ਕੀ ਸੀ ਜੋ ਦੱਸਿਆ ਜਾ ਰਿਹਾ ਉਹਨਾਂ ਵੱਲੋਂ, ਪਰ ਲਿਖਿਆ ਨਹੀਂ ਹੁੰਦਾ, ਨਾ ਉਹਨਾਂ ਨੇ ਤੁਹਾਨੂੰ ਮੇਲ ਵਿੱਚ ਲਿਖਿਆ ਹੋਣਾ ਵਾ, ਜਾਂ ਤੁਸੀਂ ਉਦੋਂ ਉੱਥੇ ਗਏ, ਨਾ ਤੁਹਾਨੂੰ ਉਦੋਂ ਦੱਸਿਆ ਉਹਨਾਂ ਨੇ ਕੁਛ, ਠੀਕ ਆ। ਜਿਨ੍ਹਾਂ ਦੀ ਰਿਫਿਊਜੀ ਪਈ ਉਹਨਾਂ ਨੂੰ ਪਤਾ ਹੀ ਆ ਕਾਰਨ ਜਿਹੜਾ ਦੱਸਿਆ ਜਾ ਰਿਹਾ। ਉਹ ਇਹ ਦੱਸਿਆ ਜਾ ਰਿਹਾ ਕਿ ਬੜੇ ਜ਼ਿਆਦਾ ਬੰਦੇ ਇੱਥੇ ਆਉਂਦੇ ਸੀ ਅਤੇ ਪਰ ਪੇਪਰ ਨਹੀਂ ਬਣਵਾਉਂਦੇ ਸੀ, ਮਤਲਬ ਕਿ ਇਕੱਲੀ ਐਂਟਰੀ ਹੀ ਕਰਦੇ ਸੀ, ਅਤੇ ਜੋ ਸਰਕਾਰ ਨੂੰ ਸ਼ੱਕ ਪਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਵਾ ਰਿਫਿਊਜੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬੜੇ ਵੀਰਾਂ ਭਰਾਵਾਂ ਰਿਫਿਊਜੀਆਂ ਮਿਲੀਆਂ ਅਤੇ ਬੜੇ ਵੀਰ ਭਰਾ ਹਲੇ ਹਲੇ ਜਿਨ੍ਹਾਂ ਦੀ ਅਪੁਆਇੰਟਮੈਂਟ ਆਉਣੀਆਂ ਵਾ, ਉਹ ਵੀਰ ਭਰਾਵੇ ਬਹੁਤ ਡਰ ਰਿਹਾ। ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੀ ਰਿਫਿਊਜੀ ਜਿਹਨਾਂ ਨੂੰ ਮਿਲ ਚੁੱਕੀ ਉਹਨਾਂ ਦਾ ਕੋਈ ਹੱਲ ਨਹੀਂ ਹੈਗਾ। ਜੇ ਮੇਰੇ ਵੀਰ ਮਿੱਤਰੋ, ਜੇਕਰ ਤੁਹਾਨੂੰ ਕੋਈ ਏਜੰਟ ਕਹੇ ਕਿ ਤੁਹਾਡੇ ਰਿਫਿਊਜੀ ਤੁਹਾਨੂੰ ਮਿਲੀ ਆ, ਤੁਹਾਡੇ ਪੇਪਰ ਆਪਾਂ ਕਹਿ ਲਈਏ ਕਿ ਦੁਬਾਰਾ ਫਿਰ ਤੁਹਾਡੀ ਅੰਬੈਸੀ ਜਮ੍ਹਾਂ ਕਰਾ ਦਿੰਦੇ ਪੇਪਰ, ਇੱਦਾਂ ਦਾ ਕੁਛ ਨਹੀਂ ਹੋਣਾ ਜੇ ਤੁਸੀਂ ਬਾਅਦ 'ਚ ਫਿਰ ਤੋਂ ਟਰਾਈ ਕਰੋ ਨਵੇਂ ਪੇਪਰ ਭਰਨ ਵਾਸਤੇ, ਜਿਨ੍ਹਾਂ ਨੂੰ ਤਾਂ ਰਿਫਿਊਜੀ ਮਿਲ ਚੁੱਕੀ ਆ ਉਹਨਾਂ ਦਾ ਕੋਈ ਵੀ ਹੱਲ ਨਹੀਂ ਹੈਗਾ ਹੁਣ, ਠੀਕ ਆ। ਉਹ ਨਾ ਉਹਨਾਂ ਦਾ ਵੀਜ਼ਾ ਦੁਬਾਰਾ ਲੱਗ ਸਕਦਾ ਵਾ, ਨਾ ਉਹ ਦੁਬਾਰਾ
ਦੁਬਾਰਾ ਉੱਥੇ ਐਮਬੈਸੀ ਵਿੱਚ ਜਾ ਕੇ ਕੋਈ ਨਾ ਕੁਛ ਕਰ ਸਕਦੇ ਆ, ਕਿਉਂਕਿ ਉਹਨਾਂ ਨੂੰ ਰਿਫਿਊਜੀ ਮਿਲ ਚੁੱਕੀ ਹੈ ਇੱਕ ਵਾਰੀ। ਪਰ ਹੁਣ ਜਿਹੜੇ ਵੀਰਾਂ ਭਰਾਵਾਂ ਨੇ ਆਪਣੀਆਂ ਫਾਈਲਾਂ ਜਮ੍ਹਾਂ ਕਰਾਈਆਂ ਹੋਈਆਂ ਵਾ, ਅਪੁਆਇੰਟਮੈਂਟਾਂ ਲੰਘ ਗਈਆਂ ਵਾ, ਉਸ ਤੋਂ ਬਾਅਦ ਉਹਨਾਂ ਨੇ ਬਲਕਿ ਫਾਈਲਾਂ ਜਮ੍ਹਾਂ ਕਰਾਤੀਆਂ ਵਾ, ਹੁਣ ਵੀਰ ਭਰਾ ਡਰ ਰਿਹਾ ਕਿ ਸਾਨੂੰ ਜਿਹੜੀ ਆ ਰਿਫਿਊਜੀ ਨਾ ਮਿਲ ਜਾਵੇ। ਜੇਕਰ ਤੁਹਾਨੂੰ ਰਿਫਿਊਜੀ ਮਿਲਣੀ ਹੁੰਦੀ ਨਾ, ਰਿਫਿਊਜੀ ਮਿਲਣ ਦਾ ਟਾਈਮ ਹੈਗਾ ਵਾ 1 ਜਾਂ 2, ਵੱਧ ਤੋਂ ਵੱਧ 3 ਦਿਨ, ਜਦੋਂ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਾਉਂਦੇ ਜੇ ਨਾ, ਫਾਈਲ ਜਮ੍ਹਾਂ ਜਦੋਂ ਆਪਣੀ ਐਮਬੈਸੀ ਵਿੱਚ ਹੋ ਜਾਂਦੀ ਆ, 2 ਜਾਂ 3, ਵੱਧ ਤੋਂ ਵੱਧ 4 ਦਿਨ ਦੇ ਵਿੱਚ ਤੁਹਾਨੂੰ ਜਿਹੜੀ ਰਿਫਿਊਜੀ ਦਾ ਮੈਸੇਜ ਆ ਜਾਂਦਾ ਵਾ, ਜੇਕਰ ਤੁਹਾਡੀ ਜਿਹੜੀ ਰਿਫਿਊਜੀ ਉਹਨਾਂ ਨੇ ਪਾਉਣੀ ਹੋਈ। ਪਰ ਜੇਕਰ ਉਹਨਾਂ ਤੁਹਾਨੂੰ 2, 3 ਜਾਂ 4 ਦਿਨਾਂ ਵਿੱਚ ਮੈਸੇਜ ਨਹੀਂ ਭੇਜਿਆ, ਫਿਰ ਤੁਸੀਂ ਬੇਫਿਕਰ ਹੋ ਜਾਓ, ਫਿਰ ਤੁਹਾਨੂੰ ਜਿਹੜਾ ਵਾ ਵੀਜ਼ਾ ਮਿਲਣਾ ਹੀ ਮਿਲਣਾ ਵਾ, ਫਿਰ ਤੁਸੀਂ ਟੈਨਸ਼ਨ ਨਾ ਲਓ। ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਜਿਨ੍ਹਾਂ ਦੀ ਅਪੁਆਇੰਟਮੈਂਟਾਂ ਲੰਘ ਚੁੱਕੀਆਂ ਵਾ, ਬੜੇ ਵੀਰ ਭਰਾ ਹੈਗੇ ਆ ਜਿਨ੍ਹਾਂ ਦੀ ਅਪੁਆਇੰਟਮੈਂਟਾਂ ਹੀ ਲੰਘ ਚੁੱਕੀਆਂ ਵਾ ਪਰ ਗਏ ਨਹੀਂ ਆ ਉੱਥੇ, ਠੀਕ ਆ, ਉਹਦਾ ਹੱਲ ਕੀ ਆ? ਤੁਸੀਂ ਦੁਬਾਰਾ ਤੋਂ ਜਦੋਂ ਅਪੁਆਇੰਟਮੈਂਟਾਂ ਆਪਣਾ ਦੁਬਾਰਾ ਤੋਂ ਅਪੁਆਇੰਟਮੈਂਟਾਂ ਲਵੋ ਅਤੇ ਦੁਬਾਰਾ ਤੋਂ ਤੁਸੀਂ ਜਾ ਸਕਦੇ ਜੇ, ਉਸ ਤੋਂ ਬਗੈਰ ਹੋਰ ਤੁਸੀਂ ਕੋਈ ਹੱਲ ਨਹੀਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਅਪੁਆਇੰਟਮੈਂਟ ਤੋਂ ਬਿਨਾਂ ਹੀ ਚੱਲ ਜਾਂ, ਤੁਸੀਂ ਦੁਬਾਰਾ ਤੋਂ ਅਪੁਆਇੰਟਮੈਂਟ ਲਓ ਆਪਣੀ, ਉੱਥੇ ਜਾਓ ਅਤੇ ਆਪਣੀ ਜਿਹੜੀ ਵਾ ਫਾਈਲ ਜਮ੍ਹਾਂ ਕਰਾਓ। 50-50 ਚਾਂਸ ਆ ਵੀਜ਼ਾ ਲੱਗਣ ਦੇ, ਕਈਆਂ ਦੇ ਲੱਗ ਵੀ ਰਹੇ ਆ ਪਰ ਕਈਆਂ ਦੇ ਰਿਫਿਊਜ਼ ਵੀ ਹੋ ਰਹੇ ਆ, ਇੱਦਾਂ ਚੱਲ ਰਿਹਾ ਵਾ। ਅਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਦੀਆਂ ਅਪੁਆਇੰਟਮੈਂਟਾਂ ਆਉਣ ਵਾਲੀਆਂ ਵਾ, ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ, ਕਿਉਂਕਿ ਬੜੇ ਵੀਰ ਭਰਾ ਹੈਗੇ ਆ ਜਿਨ੍ਹਾਂ ਨੇ ਅਪੁਆਇੰਟਮੈਂਟਾਂ, ਜਿਨ੍ਹਾਂ ਦੀਆਂ ਹੁਣ ਅਪੁਆਇੰਟਮੈਂਟਾਂ ਵਾ, ਅੱਜ ਹੈਗੀ ਆਪਣੀ 9 ਦਸੰਬਰ ਹੋ ਗਈ ਆ, ਅੱਜ ਤੋਂ ਬਾਅਦ ਕਿਸੇ ਦੀਆਂ ਕੱਲ੍ਹ ਵਾ, ਕਿਸੇ ਦੀਆਂ ਪਰਸੋਂ ਵਾ, ਕਿਸੇ ਦੀਆਂ ਚੌਥ ਵਾ, ਕਿਸੇ ਦੀਆਂ ਅਗਲੇ ਹਫ਼ਤੇ ਫਿਰ ਅਪੁਆਇੰਟਮੈਂਟਾਂ, ਵਾਧੂ ਅਪੁਆਇੰਟਮੈਂਟਾਂ ਹੈਗੀਆਂ ਵਾ, ਅਗਲੇ ਮਹੀਨੇ ਵਿੱਚ ਵੀ ਆਪਣੇ ਜਨਵਰੀ ਵਿੱਚ ਫਿਰ ਅਪੁਆਇੰਟਮੈਂਟਾਂ ਬੜੇ ਵੀਰਾਂ ਭਰਾਵਾਂ ਦੀਆਂ ਹੈਗੀਆਂ ਵਾ, ਠੀਕ ਹੈ। ਹੁਣ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਜਿਨ੍ਹਾਂ ਦੀਆਂ ਅਪੁਆਇੰਟਮੈਂਟਾਂ ਹੈਗੀਆਂ ਵਾ ਉਹ ਕੀ ਕਰਨ, ਕਿਉਂਕਿ ਬੜੇ ਵੀਰ ਭਰਾ ਡਰੇ ਪਏ ਆ। ਇਹਦਾ ਤੁਹਾਨੂੰ ਮੈਂ 2-4 ਦਿਨ ਰੁਕ ਜਾਓ, ਜਾਂ ਕੱਲ੍ਹ ਜਾਂ ਪਰਸੋਂ ਤੱਕ, ਕਿਉਂਕਿ ਆਪਣੇ 2-4 ਬੰਦੇ ਹੈਗੇ ਆ ਖਾਸ ਜਿਨ੍ਹਾਂ ਦੇ LFE ਵਾਲੇ ਹੀ ਪੇਪਰ ਸੀ, ਉਹਨਾਂ ਨੇ ਆਪਣੀਆਂ ਜਿਹੜੀਆਂ ਵਾ ਫਾਈਲਾਂ ਜਮ੍ਹਾਂ ਕਰਾਈਆਂ ਵਾ VFS ਵਿੱਚ, ਮਤਲਬ ਕਿ ਆਪਣਾ ਫਾਈਲ ਸਬਮਿਟ ਕੀਤੀ ਹੋਈ ਹੈ VFS ਦੇ ਵਿੱਚ, ਮੇਰੇ ਹਿਸਾਬ ਨਾਲ ਹੋ ਗਏ 2-2.5 ਹਫ਼ਤੇ ਹੋ ਗਏ ਉਹਨਾਂ ਨੂੰ, ਅਤੇ ਉਹਨਾਂ ਨੂੰ ਨਾ ਹੀ ਕੋਈ ਰਿਫਿਊਜ਼ ਦਾ ਆਇਆ ਅਤੇ ਨਾ ਹੀ ਉਹਨਾਂ ਦਾ ਵੀਜ਼ਾ ਅਪਰੂਵ ਵਾਲੀ ਹਲੇ ਆਪਸ਼ਨ, ਮਤਲਬ ਕਿ ਉਹਨਾਂ ਨੂੰ ਮੇਲ ਆਈ ਹੈ, ਜਾਂ ਉਹਨਾਂ ਨੂੰ ਆਪਾਂ ਕਹਿ ਲਈਏ ਕਿ ਉਹਨਾਂ ਦਾ ਪਾਸਪੋਰਟ ਜਿਹੜਾ ਉਹ ਡਿਸਪੈਚ ਹਾਲੇ ਤੱਕ ਨਹੀਂ ਹੋਇਆ। ਪਰ ਜਦੋਂ ਹੀ ਉਹਨਾਂ ਦਾ ਪਾਸਪੋਰਟ ਡਿਸਪੈਚ ਹੋਊਗਾ, ਫਿਰ ਤੁਹਾਨੂੰ ਆਪਾਂ ਦੱਸ ਦੇਵਾਂਗੇ, ਤੁਹਾਨੂੰ ਕਲੀਅਰ ਦੱਸ ਦਾਂਗੇ ਕਿ ਕਿਹੜਾ ਵੀਜ਼ੇ ਲੱਗ ਰਿਹਾ ਕਿ ਨਹੀਂ ਲੱਗ ਰਿਹਾ, ਠੀਕ ਆ। ਬਾਕੀ ਮੇਰੇ ਵੀਰ ਭਰਾ ਡਾਕੂਮੈਂਟ ਸਾਰੇ ਖੜਨੇ ਵਾ, ਭਾਵੇਂ ਤੁਹਾਡਾ ਜਿਹੜੇ ਮਰਜ਼ੀ ਪੇਪਰ ਆ, ਜਿਹੜੇ ਜਿਹੜੇ ਉਹਦੇ ਨਾਲ ਡਾਕੂਮੈਂਟ ਲੱਗਦੇ ਆ, ਜੇਕਰ ਤੁਹਾਡੇ ਕੰਸਟਰਕਸ਼ਨ ਵਾਲੇ ਪੇਪਰ ਆ, ਤੁਸੀਂ ਆਪਣਾ ਕੰਸਟਰਕਸ਼ਨ ਵਾਲਾ ਐਫੀਡੇਟ ਬਣਾਏ ਖੜੋ, ਜੇਕਰ ਤੁਹਾਡੇ ਪੇਪਰ ਹੈਗੇ ਆ ਖੇਤੀਬਾੜੀ ਵਾਲੇ, ਤੁਸੀਂ ਆਪਣਾ ਖੇਤੀਬਾੜੀ ਵਾਲਾ ਐਫੀਡੇਟ ਬਣਾਏ ਖੜੋ, ਜੋ ਆਪਣੇ ਸਰਪੰਚ ਤੋਂ ਬਣਦਾ ਵਾ। ਕਿਉਂਕਿ ਕਈ ਕੀ ਕਰਦੇ ਆ, ਕਈ ਵੀਰ ਭਰਾ ਗਲਤ ਲੈ ਜਾਂਦੇ ਆ, ਉਸ ਤੋਂ ਵੀ ਰਿਫਿਊਜੀ ਮਿਲ ਜਾਂਦੀ ਆ ਉਹਨਾਂ ਨੂੰ, ਕਿ ਮਤਲਬ ਕਿ ਪੇਪਰ ਉਹਨਾਂ ਦੇ LFE ਵਾਲੇ, ਮਤਲਬ ਜਿਹੜੇ ਕੰਸਟਰਕਸ਼ਨ ਵਾਲੇ ਹੁੰਦੇ ਆ, ਅਤੇ ਜਿਹੜੇ ਲੈ ਜਾਂਦੇ ਆ ਨਾਲ ਐਫੀਡੇਟ ਲੈ ਜਾਂਦੇ ਖੇਤੀਬਾੜੀ ਵਾਲਾ, ਅਤੇ ਉਹ ਪੇਪਰ ਜਿਹੜੇ ਆ ਉਹ ਉਹਨਾਂ ਦੇ ਵੀਜ਼ਾ ਰਿਫਿਊਜ਼ ਕਰ ਦਿੰਦੇ ਆ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਲਾ ਦਿੰਦੇ ਹੁੰਦੇ ਸੀ ਵੀਜ਼ਾ, ਬੜੇ ਵੀਰਾਂ ਭਰਾਵਾਂ ਦੇ ਲੱਗੇ ਹੋਏ ਵੀਜ਼ਾ, ਕਿ ਪੇਪਰ ਹੋਰ ਕੋਈ ਸੀ, ਐਫੀਡੇਟ ਕੋਈ ਹੋਰ ਲਾਇਆ ਸੀ, ਵੀਜ਼ੇ ਲੱਗ ਗਏ ਸੀ। ਪਰ ਹੁਣ ਉਹਨਾਂ ਨੇ ਥੋੜ੍ਹਾ ਸਟ੍ਰਿਕਟ ਕਰਤਾ ਵਾ, ਹੁਣ ਜਿਹੜੇ ਵਾ ਵੀਜ਼ੇ ਉਹਨਾਂ ਨੂੰ ਲਾ ਕੇ ਦਿੰਦੇ ਆ ਜਿਨ੍ਹਾਂ ਦਾ ਸਾਰਾ ਕੁਝ ਸਹੀ ਹੁੰਦਾ ਵਾ। ਪਰ ਜੇਕਰ ਆਪਾਂ ਕਹੀਏ LFE ਵਾਲੇ ਪੇਪਰ ਆ, ਪਿੱਛੇ ਬੜੇ ਵੀਰਾਂ ਭਰਾਵਾਂ ਦੀਆਂ ਰਿਫਿਊਜੀਆਂ ਆਈਆਂ ਵਾ, ਬੜੇ ਵੀਰ ਭਰਾ ਚੋਰੇ, ਮਤਲਬ ਕਿ ਆਪਾਂ ਕਹਿ ਲਈਏ ਕਿ ਧੱਕਾ ਹੀ ਹੋਇਆ, ਵੀਰਾਂ ਭਰਾਵਾਂ ਨੇ ਪੈਸੇ ਵੀ ਦੇ ਦਿੱਤੇ ਸੀ ਕਈਆਂ ਨੇ ਤਾਂ, ਪਰ ਉਹਨਾਂ ਨੇ ਰਿਫਿਊਜੀ ਆ ਗਈ। ਪਰ ਹੁਣ ਆਪਾਂ ਕਲੀਅਰ ਤਾਂ ਹੋਊਗਾ ਆਪਾਂ ਨੂੰ, ਕਿਉਂਕਿ ਆਪਣੇ 2-4 ਬੰਦੇ ਹੈਗੇ ਵਾ, 2-3 ਬੰਦੇ ਹੈਗੇ ਆ ਜਿਨ੍ਹਾਂ ਦੇ ਪੇਪਰ ਹੈਗੇ ਸੀ LFE ਵਾਲੇ, ਉਹਨਾਂ ਨੂੰ ਮੇਰੇ ਹਿਸਾਬ 2-2.5-3 ਹਫ਼ਤੇ ਹੋ ਗਏ ਆ ਪੇਪਰ ਆਪਣੇ ਜਮ੍ਹਾਂ ਕਰਾਏ ਹੋਏ ਐਮਬੈਸੀ ਦੇ ਵਿੱਚ VFS ਵਾਲਿਆਂ ਕੋਲੋਂ, ਠੀਕ ਆ। ਹੁਣ ਵੇਖਦੇ ਹਾਂ ਉਹ ਕੀ ਦੱਸਦੇ ਆ, ਕਦੋਂ ਤੱਕ ਉਹਨਾਂ ਦੇ ਆਉਂਦੇ ਵਾ, ਜੇ ਤਾਂ ਅੱਜ ਹੀ ਆ ਗਿਆ ਫਿਰ ਤੁਹਾਨੂੰ ਮੈਂ ਕੱਲ੍ਹ ਵੀਡੀਓ ਪਾ ਦੂੰਗਾ। ਜਦੋਂ ਹੀ ਆਪਾਂ ਨੂੰ ਆਊਗੀ ਵੀ, ਮਤਲਬ ਕਿ ਪਤਾ ਲੱਗੂਗਾ, ਨਿਊਜ਼ ਆਊਗੀ ਕਿ LFE ਵਾਲੇ ਵੀਜ਼ੇ ਵੀ ਲੱਗ ਰਹੇ ਆ, ਮਤਲਬ ਕਿ ਲਾਈ ਜਾਂਦੇ ਆ ਜੇਕਰ ਸਾਰੇ ਡਾਕੂਮੈਂਟ ਪੂਰੇ ਹੈਗੇ ਵਾ, ਫਿਰ ਲਾਈ ਜਾਂਦੇ ਆ, ਫਿਰ ਤੁਸੀਂ ਆਪਣਾ ਤਰੰਕ ਵੀ ਲਓ, ਮਤਲਬ ਕਿ ਬੇਫਿਕਰ ਹੋ ਕੇ ਤੁਸੀਂ ਆਪਣਾ ਜਿਹੜਾ ਵਾ ਫਾਈਲ ਜਮ੍ਹਾਂ ਕਰਾਓ ਉੱਥੇ, ਅਤੇ
ਅਰਮਾਨ ਨਾਲ ਆਪਣਾ ਜਿਹੜਾ ਵੀਜ਼ਾ ਲਓ, ਕਿਉਂਕਿ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਇਹ ਨਹੀਂ ਕਿ ਕਹਿ ਸਕਦੇ ਕਿ ਜੇਕਰ ਉਹਨਾਂ ਦਾ ਵੀਜ਼ਾ ਲੱਗ ਗਿਆ ਤੁਹਾਡਾ ਵੀ ਲੱਗਣਾ ਹੀ ਲੱਗਣਾ ਵਾ, ਜਾਂ ਉਹਨਾਂ ਦਾ ਰਿਫਿਊਜ਼ ਹੋ ਗਿਆ ਤੁਹਾਡਾ ਰਿਫਿਊਜ਼ ਹੋਣਾ ਹੀ ਹੋਣਾ ਵਾ, ਇਹ ਕਿਸਮਤ 'ਤੇ ਡਿਪੈਂਡ ਕਹਿ ਸਕਦੇ ਕਿ ਕਿਸਮਤ 'ਤੇ ਵੀ ਡਿਪੈਂਡ ਹੋ ਸਕਦਾ ਵਾ ਕਿ ਉਹਨਾਂ ਦਾ ਲੱਗ ਗਿਆ ਵਾ ਤੁਹਾਡਾ ਭਾਵੇਂ ਨਾ ਲੱਗੇ, ਭਾਵੇਂ ਉਹਨਾਂ ਦਾ ਲੱਗ ਗਿਆ ਉਹਨਾਂ ਦਾ ਨਹੀਂ ਲੱਗਾ ਤੁਹਾਡਾ ਭਾਵੇਂ ਲੱਗ ਜਾਏ, ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਕਿਉਂਕਿ ਬੜੇ ਜਾਣੇ ਰਿਫਿਊਜ਼ੀਆਂ ਵੀ ਮਿਲੀਆਂ ਵਾ ਅਤੇ ਬੜੇ ਜਾਣੇ ਦੇ ਪੇਪਰ ਨਿਕਲੇ ਵੀ ਆ ਅਤੇ ਮਤਲਬ ਕਿ ਵੀਜ਼ੇ ਵੀ ਲੱਗੇ ਆ ਬੜਿਆਂ ਦੇ, ਠੀਕ ਹੈ। ਇਸ ਕਰਕੇ ਆਪਾਂ ਕਨਫਰਮ ਜਿਹੜਾ ਵਾ ਉਹ ਤੁਹਾਨੂੰ ਦੱਸਾਂਗੇ ਅੱਜ ਜਾਂ ਕੱਲ੍ਹ ਜਦੋਂ ਹੀ ਵੀਜ਼ਾ ਆਊਗਾ ਉਹਨਾਂ ਦਾ, ਉਸ ਤੋਂ ਬਾਅਦ ਤੁਹਾਨੂੰ ਆਪਾਂ ਕਨਫਰਮ ਵੀਡੀਓ ਪਾ ਕੇ ਦੱਸ ਦਾਂਗੇ ਕਿਹੜੇ ਵੀਜ਼ੇ ਵਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ, ਠੀਕ ਆ। ਅਤੇ ਇੱਕ ਹੋਰ ਬੜੇ ਵੀਰਾਂ ਭਾਵਾਂ ਦਾ ਸਵਾਲ ਆਉਂਦਾ ਵਾ ਜਿਨ੍ਹਾਂ ਦੇ ਫੈਮਿਲੀ ਵਾਲੇ ਪੇਪਰ ਆ ਕਿ ਫੈਮਿਲੀ ਵਾਲੀਆਂ ਅਪੁਆਇੰਟਮੈਂਟਾਂ ਕਦੋਂ ਓਪਨ ਹੋਣੀਆਂ। ਮੇਰੇ ਹਿਸਾਬ ਨਾਲ ਪਿਛਲੇ ਹਫ਼ਤੇ ਫੈਮਿਲੀ ਵਾਲੀਆਂ ਅਪੁਆਇੰਟਮੈਂਟਾਂ ਓਪਨ ਹੋਈਆਂ ਸੀ, ਤੁਹਾਨੂੰ ਮੈਂ ਸਲਾਹ ਇੱਕ ਦਊਂਗਾ ਜਿਹੜੇ ਵੀਰ ਭਰਾਵਾਂ ਨੇ ਫੈਮਿਲੀ ਵਾਲੀ ਅਪੁਆਇੰਟਮੈਂਟ ਦੀ ਵੇਟ ਕਰ ਰਹੇ ਆ, ਕਿਉਂਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਫੈਮਿਲੀ ਵਾਲੇ ਅਪੁਆਇੰਟਮੈਂਟਾਂ ਕਦੋਂ ਓਪਨ ਹੋਈਆਂ ਅਤੇ ਕਦੋਂ ਉਹਨਾਂ ਨੇ ਬੰਦ ਕਰਤੀਆਂ। ਇਸ ਕਰਕੇ ਤੁਸੀਂ ਕੋਈ ਨਾ ਕੋਈ ਏਜੰਟ ਲੱਭ ਕੇ ਉਹਨੂੰ ਭਾਵੇਂ ਥੋੜ੍ਹੇ ਮੋਟੇ ਪੈਸੇ ਦੇ ਕੇ ਆਪਣਾ ਕੰਮ ਏਜੰਟ ਦੇ ਰਾਹੀਂ ਕਰਾ ਲਓ, ਤਾਂ ਜੋ ਉਹ ਤੁਹਾਨੂੰ ਸਹੀ ਤਰੀਕੇ ਨਾਲ ਅਤੇ ਜਦੋਂ ਹੀ ਅਪੁਆਇੰਟਮੈਂਟਾਂ ਓਪਨ ਹੋਣ ਤੁਹਾਨੂੰ ਜਿਹੜੀਆਂ ਵਾ ਅਪੁਆਇੰਟਮੈਂਟਾਂ ਚੱਕ ਕੇ ਦੇਵੇ, ਕਿਉਂਕਿ ਏਜੰਟਾਂ ਦਾ ਤਾਂ ਕੰਮ ਹੀ ਹੁੰਦਾ ਵਾ ਉਹਨਾਂ ਨੇ ਸਾਰੀ ਦਿਹਾੜੀ ਵੇਖੀ ਜਾਣਾ ਕਿ ਕਦੋਂ ਓਪਨ ਹੋਈਆਂ ਵਾ, ਕੀ ਹਿਸਾਬ ਕਿਤਾਬ ਆ, ਕਿੱਥੇ ਕਰਿਆ ਗਿਆ ਵਾ, ਕੀ ਹਿਸਾਬ ਕਿਤਾਬ ਆ। ਤੁਸੀਂ ਥੋੜ੍ਹੇ ਮੋਟੇ ਪੈਸੇ ਜਿੱਥੇ ਆਪਣੇ ਇੰਨੇ ਪੈਸੇ ਲੱਗਦੇ ਥੋੜ੍ਹੇ ਮੋਟੇ ਹੋਰ ਏਜੰਟਾਂ ਨੂੰ ਪੈਸੇ ਦੇ ਕੇ ਅਤੇ ਜਿਹੜੀ ਅਪੁਆਇੰਟਮੈਂਟ ਵਾ ਉਹ ਕਿਸੇ ਨਾ ਕਿਸੇ ਸਹੀ ਏਜੰਟ ਤੋਂ ਚੁਕਾਓ, ਤਾਂ ਜੋ ਤੁਹਾਡੇ ਪੇਪਰ ਜਿਹੜੇ ਅਪੁਆਇੰਟਮੈਂਟ ਵਾ ਉਹ ਸਹੀ ਏਜੰਟ ਤੋਂ ਚੁੱਕੀ ਜਾਵੇ, ਅਤੇ ਪਲੱਸ ਤੁਹਾਨੂੰ ਜਿੰਨਾ ਜਲਦੀ ਹੋ ਸਕੇ ਤੁਹਾਨੂੰ ਜਿਹੜੀ ਵਾ ਅਪੁਆਇੰਟਮੈਂਟ ਮਿਲ ਜਾਏ, ਕਿਉਂਕਿ ਅਪੁਆਇੰਟਮੈਂਟਾਂ ਓਪਨ ਕਰਦੇ ਰਹਿੰਦੇ, ਹੁਣ ਪਿਛਲੇ ਹਫ਼ਤੇ ਓਪਨ ਹੋ ਗਏ ਸੀ, ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਅਪੁਆਇੰਟਮੈਂਟਾਂ ਓਪਨ ਹੋਈਆਂ। ਪਰ ਮੇਰਾ ਇੱਕ ਯਾਰ ਦੋਸਤ ਹੈਗਾ ਵਾ, ਉਹ ਵੀ ਇੱਦਾਂ ਕੰਮ ਕਰਦਾ ਅਪੁਆਇੰਟਮੈਂਟ ਲੈ ਕੇ ਦਿੱਤਾ, ਉਹਨੇ ਮੈਨੂੰ ਦੱਸਿਆ ਕਿ ਹੁਣ ਜਿਹੜੀਆਂ ਵਾ ਅਪੁਆਇੰਟਮੈਂਟਾਂ ਪਿਛਲੇ ਹਫ਼ਤੇ ਓਪਨ ਹੋਈਆਂ ਸੀ ਫੈਮਿਲੀ ਵਾਲੀਆਂ। ਇਸ ਕਰਕੇ ਜੇਕਰ ਤੁਸੀਂ ਫੈਮਿਲੀ ਵਾਲੇ ਅਪੁਆਇੰਟਮੈਂਟ ਦੀ ਵੇਟਿੰਗ ਕਰ ਰਹੇ ਹੋ, ਤੁਸੀਂ ਕੋਈ ਨਾ ਕਿਸੇ ਨੇ ਏਜੰਟ ਨਾਲ ਗੱਲਬਾਤ ਕਰਕੇ ਰੱਖੋ, ਤਾਂ ਤੁਹਾਨੂੰ ਤਾਂ ਤੁਸੀਂ ਆਪਣੇ ਪੈਸੇ ਦਿਓ ਉਹਨੂੰ, ਡਾਕੂਮੈਂਟ ਸੈਂਡ ਕਰੋ, ਜਦੋਂ ਇਹ ਅਪੁਆਇੰਟਮੈਂਟਾਂ ਓਪਨ ਹੋਈਆਂ ਤੁਹਾਨੂੰ ਉਹਨੇ ਅਪੁਆਇੰਟਮੈਂਟਾਂ ਚੱਕ ਕੇ ਦੇ ਦੇਣੀਆਂ ਵਾ, ਠੀਕ ਆ। ਲਓ ਵੀ ਮਿੱਤਰੋ, ਇਸ ਵੀਡੀਓ 'ਚ ਸਿਰਫ ਇੰਨਾ ਹੀ, ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ, ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਅਤੇ ਟੇਕ ਕੇਅਰ ਜੀ।